ਕਸਬਾ ਸਨੌਰ ਅੰਦਰ ਬਣੇ ਬਿਜਲੀ ਬੋਰਡ ਦੀ ਹਾਲਤ ਇਸ ਕਦਰ ਖਸਤਾ ਹੋ ਗਈ ਹੈ ਕਿ ਮੁਲਾਜ਼ਮ ਵੀ ਇਸ ਵਿੱਚ ਬੈਠਣ ਤੋਂ ਡਰਦੇ ਹਨ। ਬੱਸ ਸਟੈਂਡ ਦੇ ਨਜ਼ਦੀਕ ਬਣੇ ਬਿਜਲੀ ਬੋਰਡ ਦੇ ਦਫ਼ਤਰ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ ਅਤੇ ਇਸ ਦਫ਼ਤਰ ਦੇ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਕਿਸੇ ਤਰ੍ਹਾਂ ਦਾ ਰਿਸਕ ਲੈਣ ਦੀ ਬਜਾਏ ਕੋਈ ਘਟਨਾ ਨਾ ਵਾਪਰ ਜਾਵੇ, ਇਸ ਡਰ ਤੋਂ ਹੁਣ ਇਹ ਦਫ਼ਤਰ ਬਦਲ ਕੇ ਗ੍ਰਿਡ ਨੂਰਖੇੜੀਆਂ ਰੋਡ 'ਤੇ ਤਬਦੀਲ ਕਰ ਲਿਆ ਗਿਆ ਹੈ, ਜਿੱਥੇ ਕਿ ਆਮ ਖਪਤਕਾਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਸਟੈਂਡ ਦੇ ਲਵੇ ਆ ਜੀ, ਇਹ ਗਰੀਬਾਂ ਨੂੰ, ਧੀਆਂ ਭੈਣਾਂ ਨੂੰ ਬਹੁਤ ਸਹੂਲਤ ਸੀਗੀ। ਲਵੇ ਆ ਕੇ ਬਿਜਲੀ ਬੋਰਡ ਦੇ ਕੋਲ ਕੋਈ ਕੰਪਲੇਂਟ ਲਿਖਾ ਜਾਂਦੇ ਸੀ, ਚਾਹੇ ਕੋਈ ਬਿੱਲ ਭਰਾ ਜਾਂਦੇ ਸੀਗੇ, ਬਹੁਤ ਸਹੂਲਤ ਸੀ। ਇਹ ਬਿਲਡਿੰਗ ਬਹੁਤ ਖੰਡਰ ਹੋ ਚੁੱਕੀ ਹੈ, ਇਹਦੀ ਬੇਪਰਵਾਹੀ ਕੀਤੀ ਹੈ, ਅਤੇ ਬੇਨਤੀ ਹੈ ਸਰਕਾਰ ਨੂੰ ਵੀ ਇਹ ਦੁਬਾਰੇ ਨਵੀਂ ਬਣਾਈ ਜਾਵੇ, ਅਤੇ ਜਿਹੜੀਆਂ ਇੱਥੇ ਗਰੀਬਾਂ ਲਵੇ ਤਵੇ ਨੇੜੇ ਵਾਲੇ ਆਉਣ ਵਾਲੇ ਹੈ ਉਹਨਾਂ ਨੂੰ ਸਹੂਲਤ ਹੋਵੇ, ਅਤੇ ਕੋਈ ਅੜਿੱਕਾ ਨਾ ਲੱਗੇ। ਉੱਥੇ ਦੂਰ ਜਾਂਦੇ ਆ, ਤੁਰ ਕੇ ਜਾਂਦੇ ਆ, ਮਾਵਾਂ ਧੀਆਂ ਕੋਈ ਹੋਰ ਬਜ਼ੁਰਗ ਕੰਪਲੀਟ ਉੱਥੇ ਦੂਰ ਹੈ, ਇੱਥੇ